ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਸ਼ੁਗਲੀ ਜੁਗਲੀ ਸ਼ੋ। ਜਿਵੇਂ ਕਿ ਹਰ ਵਾਰੀ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਨਾਲ ਮਿਲਾਉਂਦੇ ਹਾਂ ਅਤੇ ਅੱਜ ਇੱਕ ਨਵੀਂ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਅਤੇ ਗੱਲਬਾਤ ਕਰਾਂਗੇ ਪੰਜਾਬ ਦੀ ਸਿੰਗਿੰਗ ਬਾਰੇ। ਅਤੇ ਦੋਸਤੋ, ਸ਼ਖਸੀਅਤ ਦੇ ਨਾਲ ਤਾਂ ਅਸੀਂ ਮਿਲਾਉਂਦੇ ਹੀ ਮਿਲਾਉਂਦੇ ਹਾਂ ਅਤੇ ਨਾਲ ਗੱਲਬਾਤ ਕਰਦੇ ਹਾਂ ਇੱਕ ਟੋਪਿਕ ਦੇ ਉੱਤੇ, ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਿੰਗਿੰਗ ਬਾਰੇ। ਸਾਡੇ ਪੰਜਾਬ 'ਚ ਜਿਹੜਾ ਕਲਾਕਾਰਾਂ ਦਾ ਕੀ ਹਾਲ ਹੈ, ਵਾਕਈ ਕੁਛ ਸਾਲ ਪਿੱਛੇ ਚਲੇ ਜਾਓ ਅਤੇ ਵਿਆਹਾਂ ਅਤੇ ਪ੍ਰੋਗਰਾਮਾਂ ਦੇ ਉੱਤੇ ਤੁਹਾਨੂੰ ਸਿੰਗਰ ਗਾਉਂਦੇ ਨਜ਼ਰ ਆਉਂਦੇ ਸੀਗੇ, ਪਰ ਅੱਜ ਕੱਲ੍ਹ ਤੁਹਾਨੂੰ ਚਰਖੇ ਨਜ਼ਰ ਆਉਣਗੇ, ਚਰਖੇ ਵਾਲੇ ਨਜ਼ਰ ਆਉਣਗੇ, ਯਾਨੀ ਕਿ ਡੀਜੇ ਵਾਲੇ ਜਿਹੜੇ ਨੇ ਉਹਨਾਂ ਨੇ ਸ਼ੋਅ ਸਾਰੇ ਸੰਭਾਲ ਲਏ ਨੇ। ਉਹ ਸਾਰੀ ਟੀਮ ਉਹਨਾਂ ਦੀ, ਪੰਜ ਉਹਨਾਂ ਦੇ ਆਪਣਾ ਗਿੱਧੇ ਵਾਲੀਆਂ ਕੁੜੀਆਂ ਹੁੰਦੀਆਂ, ਨਾਲ ਭੰਗੜੇ ਵਾਲੇ ਬੰਦੇ ਹੁੰਦੇ ਨੇ, ਜਿਹਦੇ ਕਰਕੇ ਕਲਾਕਾਰਾਂ ਦਾ ਕੰਮ ਬਹੁਤ ਘੱਟ ਗਿਆ। ਇਹਨਾਂ ਕਲਾਕਾਰਾਂ ਨੂੰ ਤਾਂ ਕੰਮ ਮਿਲਿਆ ਵਾ, ਸੱਭਿਆਚਾਰਕ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਕੰਮ ਮਿਲਿਆ, ਪਰ ਕਲਾਕਾਰਾਂ ਯਾਨੀ ਕਿ ਸਿੰਗਰਾਂ ਨੂੰ ਕੰਮ ਬਹੁਤ ਘੱਟ ਗਿਆ। ਅਤੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੀ ਬਹੁਤ ਹੀ ਵਧੀਆ, ਬਹੁਤ ਹੀ ਸੁਰੀਲੇ ਸਿੰਗਰ, ਨਾ ਹੈਗੇ ਤਾਂ ਬਹੁਤ ਬਿਜ਼ੀ ਹੈ, ਉਹਨਾਂ ਦੀਆਂ ਸਾਰੀਆਂ ਡੈਰੀਆਂ ਪ੍ਰੋਗਰਾਮਾਂ ਦੇ ਨਾਲ ਭਰੀਆਂ, ਪਰ ਨਾ ਉਹਨਾਂ ਦਾ ਵਿਹਲਾ ਸਿੰਗਰ। ਅਤੇ ਵਿਹਲਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਸ਼ੁਗਲੀ ਜੁਗਲੀ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਨਮਸਤੇ, ਆਦਾਬ ਜੀ। ਹਾਂਜੀ, ਠੀਕ ਹੈ, ਬੜੀ ਖੁਸ਼ੀ ਹੋਈ ਜੀ। ਮਨ ਕਾਰ ਤੇ ਦੇਖਿਆ ਤੁਹਾਨੂੰ, ਬੜੀ ਖੁਸ਼ੀ ਹੁੰਦੀ ਹੈ। ਕਲਾਕਾਰ ਭਾਵੇਂ ਕਲਾਕਾਰ ਹੋਵੇ ਨਾ ਹੋਵੇ, ਉਹ ਕੋ ਕਾਰ ਜ਼ਰੂਰ ਹੁੰਦੀ ਹੈ। ਦੇਖੋ ਜੀ, ਆਪਾਂ ਕਹਿੰਦੇ ਕਿ ਭਾਵੇਂ ਸਿੰਗਿੰਗ ਆਉਂਦੀ ਨਾ ਹੋਵੇ, ਮੁੰਦਰੀਆਂ ਹੋਣੀਆਂ ਬੜੀਆਂ ਜ਼ਰੂਰੀ ਹੈ, ਚੇਨੀਆਂ ਹੋਣੀਆਂ ਬੜੀਆਂ ਜ਼ਰੂਰੀ ਹੈ, ਤਾਂ ਹੀ ਕੰਮ ਚੱਲਦਾ ਹੈ ਨਾ, ਕਿਉਂਕਿ ਇਨਵੈਸਟਮੈਂਟ ਤਾਂ ਕਰਨੀ ਪੈਂਦੀ ਹੈ ਨਾ। ਹਾਂਜੀ ਹਾਂਜੀ। ਅਤੇ ਗਿਆਨ ਕਦੋਂ ਮਿਲਿਆ ਤੁਹਾਨੂੰ? ਗਿਆਨ ਮੈਨੂੰ ਕਿੱਦਣ ਮਿਲਿਆ ਜੀ, ਪਰਸੋਂ ਤੁਰਿਆ ਆਉਣ ਡਿਆ ਸੀ ਘਰੋਂ, ਅਤੇ ਉੱਧਰੋਂ ਗਿਆਨ ਵੀ ਆਉਣ ਡਿਆ ਸੀ, ਉਹਦਾ ਸਾਈਕਲ ਪੈਂਚਰ ਹੋ ਗਿਆ। ਅਸੀਂ ਇਕੱਠਿਆਂ ਨਾਲ ਤਾਂ ਸਾਈਕਲ ਨੂੰ ਪੈਂਚਰ ਲਵਾਉਂਦਾ ਅਤੇ ਨਾਲੇ ਅਸੀਂ ਚਾਹ ਪੀਤੀ ਹੈ। ਗਿਆਨ ਮੈਨੂੰ ਬਸ ਪਰਸੋਂ ਦਾ ਮਿਲਿਆ ਜੀ, ਮੁੜ ਕੇ ਨਹੀਂ ਮੈਨੂੰ ਮਿਲਿਆ ਗਿਆਨ। ਗਿਆਨ ਦੀ ਗੱਲ ਨਹੀਂ ਕਰਦੇ ਜੀ, ਸੂਫੀ ਗਾ ਲੈਂਦੇ ਹੋ? ਨਹੀਂ ਜੀ, ਸੋਫੀ ਨਹੀਂ ਮੈਂ ਗਾਉਂਦਾ ਜੀ। ਦੇਖੋ, ਮੈਂ ਐਵੇਂ ਝੂਠ ਨਹੀਂ ਬੋਲਿਆ ਤੁਹਾਡੇ ਕੋਲੋਂ, ਮੈਂ ਜਦੋਂ ਵੀ ਗਾਉਂਦਾ ਪੀ ਕੇ ਗਾਉਂਦਾ ਜੀ, ਮੈਂ ਸੋਫੀ ਨਹੀਂ ਜੀ ਗਾਉਂਦਾ ਕਦੇ। ਸੂਫੀਆਂ ਨਾਲ ਗਾ ਲੈਂਦੇ ਮਤਲਬ ਕਹਿਣ ਦਾ ਸਾਡਾ? ਨਹੀਂ, ਇਹਦੇ ਬਾਰੇ ਆਪਾਂ ਨੂੰ ਇੰਨੀ ਨੌਲੇਜ ਨਹੀਂ। ਮੇਰਾ ਦੋਸਤ ਹੈ ਇੱਕ ਸੁਰਿੰਦਰ, ਉਹਦਾ ਪ੍ਰੋਪਰਟੀ ਦਾ ਕੰਮ ਹੈ, ਅਤੇ ਉਹਦਾ ਕੰਮ ਆ ਕੋਠੀਆਂ ਖਾਲੀ ਕਰਾਉਣਾ, ਕੋਠੀ ਖਾਲੀ ਕਰਾ ਕੇ ਵੇਚਦਾ। ਅਤੇ ਉਹਨੇ ਤਿੰਨ ਚਾਰ ਸਿੰਗਰ ਰੱਖੇ ਹੋਏ ਨੇ, ਨੌਕਰੀ 'ਚ ਰੱਖੇ, ਪੱਕੀ ਤਨਖਾਹ ਦਿੰਦਾ। ਜਦੋਂ ਕੋਈ ਕੋਠੀ ਖਾਲੀ ਕਰਾਉਣੀ ਹੁੰਦੀ ਨਾ, ਤਾਂ ਨਾਲ ਦੇ ਘਰ ਉਹ ਸਿੰਗਰ ਨੂੰ ਕਿਰਾਏ 'ਤੇ ਦੇ ਦਿੰਦਾ, ਤਾਂ ਕੋਠੀ ਵਾਲੇ ਆਪ ਹੀ ਭੱਜ ਜਾਂਦੇ। ਤੁਹਾਡੇ ਬਾਰੇ ਨਹੀਂ ਗੱਲ ਕਰ ਰਿਹਾ ਵੈਸੇ, ਮੈਂ ਉਹਨਾਂ ਸਿੰਗਰਾਂ ਦੀ ਗੱਲ ਕਰ ਰਿਹਾ। ਮਿਹਨਤਾਂ ਕੀਤੀਆਂ ਉਹਨੇ, ਮਿਹਨਤਾਂ ਕੀਤੀਆਂ। ਵੈਸੇ ਤੁਸੀਂ ਗਾਣਾ ਕਿੱਦਾਂ ਸ਼ੁਰੂ ਕੀਤਾ ਸੀ? ਅਤੇ ਗਾਉਣਾ ਕਿੱਥੇ ਸ਼ੁਰੂ ਕੀਤਾ ਜੀ? ਇੱਦਾਂ ਸਾਡੇ ਨਾਲ ਘਰ ਚਾਰ ਪੰਜ ਘਰ ਛੱਡ ਕੇ ਸਾਡੀ ਨੂੰ ਇੱਕ ਵਾਰੀ ਲੜਾਈ ਹੋ ਪਈ, ਅਤੇ ਉਹ ਵੀ ਗਾਉਂਦੇ ਸੀ। ਸਾਨੂੰ ਬੜਾ ਗੁੱਸਾ ਲੱਗਾ, ਫਿਰ ਅਸੀਂ ਵੀ ਗਾਉਣਾ ਸ਼ੁਰੂ ਕਰ ਦਿੱਤਾ। ਉਹ ਜਦੋਂ ਵੀ ਸਾਡੀ ਲੜਾਈ ਹੁੰਦੀ ਆ, ਅਸੀਂ ਉਹਨਾਂ ਦੇ ਘਰ ਵੱਲ ਮੂੰਹ ਕਰਕੇ ਗਾਈਦਾ, ਉਹ ਸਾਡੇ ਘਰ ਵੱਲ ਮੂੰਹ ਕਰਕੇ ਗਾਉਂਦੇ ਆ। ਕਈ ਵਾਰ ਤਾਂ ਥਾਣੇ ਵੀ ਗੱਲ ਪਹੁੰਚ ਚੁੱਕੀ ਆ, ਉੱਥੇ ਸ਼ੇਰੋ ਸ਼ਾਇਰੀ ਸ਼ੁਰੂ ਹੋ ਜਾਂਦੀ ਹੈ। ਵਿਚਕਾਰ ਜਿਹੜੇ ਘਰ ਨੇ ਉਹਨਾਂ ਦਾ ਕੀ ਬੰਦਾ, ਉਹ ਤਾਂ ਵਿਚਾਰੇ ਭਾਜੀ ਹੋਣੇ, ਬਸ ਉਹ ਵੀ ਵਿਚਾਰੇ ਇੱਦਾਂ ਟਾਈਮ ਹੀ ਪਾਸ ਕਰਦੇ ਜੀ। ਰਿਆਜ਼ ਕਰਦੇ ਹੋ? ਨਹੀਂ, ਰਿਆਜ਼ ਮੈਂ ਕਰਦਾ ਸੀ, ਹੁਣ ਮੈਂ ਗੱਲ ਕਰਕੇ ਨਹੀਂ ਰਿਆਜ਼ ਕਰਦਾ ਜੀ। ਕਰਕੇ ਨਹੀਂ ਕਰਦੇ ਮਤਲਬ ਗਲਾ ਠੀਕ ਨਹੀਂ ਰਹਿੰਦਾ? ਗਲਾ ਤਾਂ ਮਤਲਬ ਠੀਕ ਨਹੀਂ ਰਹਿੰਦਾ, ਮੈਂ ਗੱਲ ਕਰਕੇ ਨਹੀਂ ਜੀ ਰਿਆਜ਼ ਕਰਦਾ। ਨਹੀਂ ਮਤਲਬ ਗਲੇ ਦੀ ਖਰਾਸ਼ ਹੈ ਕੀ ਮਤਲਬ, ਕੋਈ ਗਰਾਰੇ ਗੱਲ ਕਰੋ? ਨਹੀਂ ਨਹੀਂ, ਉਹ ਗੱਲ ਹੀ ਹੈ ਕਿ ਤੁਸੀਂ ਸਮਝੇ ਨਹੀਂ। ਉਹ ਦਰਅਸਲ ਸਾਡੇ ਗੁਆਂਢੀਆਂ ਨੇ ਕਿਹਾ ਵੀ ਜੇ ਤੇਰੀ ਆਵਾਜ਼ ਕਿਤੇ ਸਾਡੇ ਘਰ ਤੱਕ ਆਈ ਨਾ ਰਿਆਜ਼ ਕਰਦੀ, ਅਸੀਂ ਤੇਰਾ ਗਲ ਹੀ ਘੁੱਟ ਦੇਣਾ। ਉਹਦੇ ਕਰਕੇ ਫਿਰ ਅਸੀਂ ਗਲ ਕਰਕੇ ਬੰਦ ਕਰ ਦਿੱਤਾ। ਤੁਹਾਡੇ ਬਾਰੇ ਸਿੰਗਰ ਨੂੰ ਗੱਲ ਚੇਤੇ ਆ ਗਈ, ਮੇਰਾ ਦੋਸਤ ਹੀ ਸੀਗਾ, ਉਹ ਵੀ ਤੁਹਾਡੇ ਵਾਂਗ ਗਾਉਂਦਾ ਸੀ। ਠੀਕ ਠੀਕ, ਵਧੀਆ ਗੱਲ ਹੈ। ਬੇਟੇ ਮੇਰਾ ਵਿਆਹ, ਮੈਂ ਕਿਹਾ ਭਾਈ ਅੱਜ ਕੀ ਤੂੰ ਸਟੇਜ ਲਾਉਣੀ ਹੈ? ਕਹਿੰਦਾ 1.5 ਲੱਖ ਰੁਪਇਆ ਲਾਊਂਗਾ। 1.5 ਲੱਖ ਹੁੰਦਾ ਰੇਟ 1.5 ਲੱਖ ਸਿੰਗਰ ਦਾ? ਮੈਂ ਕਿਹਾ ਪਤਾ ਰੱਖਣਾ ਨਹੀਂ ਗਾ, ਗੁਆ ਕੇ ਭੇਜ ਦੇਣਾ। ਕਹਿੰਦਾ ਚਲੋ ਤੁਸੀਂ ਆਪਣੇ ਬੇਟੇ ਦਾ ਵਿਆਹ 1 ਲੱਖ ਰੁਪਏ ਦੇ ਦਿਓ। ਉਹ ਮੈਂ ਕਿਹਾ 1 ਲੱਖ ਰੁਪਏ ਕਿਸ ਚੀਜ਼ ਦੇਣਾ? ਤੂੰ ਕਾਰਡ ਦਿੱਤਾ, ਤੂੰ ਡੱਬਾ ਦਿੱਤਾ, ਤੂੰ ਵੈਸੇ ਆਉਣਾ ਹੀ ਹੈ। ਹਾਂਜੀ ਹਾਂਜੀ। ਅਤੇ ਪੈਸੇ ਕਾਹਦੇ? ਕਹਿੰਦਾ ਚਲ ਮੈਂ ਤਾਂ ਨਹੀਂ ਪੈਸੇ ਲੈਂਦਾ, ਮੇਰੇ ਜਿਹੜੇ ਸਜਿੰਦੇ ਆਉਣੇ ਆ, ਮਿਊਜ਼ੀਸ਼ੀਅਨ ਆਉਣੇ ਆ, ਸਾਊਂਡ ਆਉਣੀ ਹੈ। ਮੈਂ ਕਿਹਾ ਸਾਊਂਡ ਸਾਡੇ ਲੱਗੀ ਹੋਣੀ, ਡੀਜੇ ਆਇਆ ਹੋਣਾ, ਉਸੇ ਸਾਊਂਡ ਦੇ ਗਾਣੇ, ਤੇਰੇ ਕਾਹਦੇ ਪੈਸੇ? ਉਹ ਤਾਂ ਉਲਟਾ ਸਗੋਂ ਸਗਰ ਪਾ ਕੇ ਜਾ। ਕਹਿੰਦੇ ਭਾਈ ਚਲੋ 50,000 ਦੇ ਦਿਓ, ਉਸ ਜਿੰਦਿਆਂ ਦਾ ਖਰਚਾ ਆ ਜਾਂਦਾ। ਮੈਂ ਸਜਿੰਦਿਆਂ ਨੂੰ ਵੀ ਕਾਰਡ ਦਿੱਤਾ, ਤੇਰਿਆਂ ਨੂੰ, ਸਾਰਿਆਂ ਨੂੰ, ਸਾਰਿਆਂ ਨੇ ਆਉਣਾ ਵਿਆਹ ਤੇ। ਕਮਾਲ ਕਰਤੀ। ਕਹਿੰਦਾ ਫਿਰ ਇੱਦਾਂ ਕਰੋ, 20-25,000 ਦੇ ਦਿਓ, ਗੱਡੀ ਗੁੱਡੀ ਦਾ ਖਰਚਾ ਦੇ ਦਿਓ। ਮੈਂ ਕਿਹਾ ਭਰਾ ਵਿਆਹ ਤੇ ਆਉਣਾ, ਗੱਡੀ 'ਤੇ ਹੀ ਆਉਣਾ ਤੂੰ, ਮੈਂ ਕਿਹਾ ਪਾਪਾ ਪੈਸੇ ਪੁੱਛਦੇ ਨੇ, ਜਾ ਤੂੰ ਰਹਿਣ ਦੇ, ਤੈਨੂੰ ਕਾਰਡ ਵੀ ਦਿੱਤਾ, ਜਾ ਆਉਣਾ ਹੀ ਨਹੀਂ। ਨਾਲ ਹੀ ਮੈਨੂੰ ਪਿੱਛੋਂ ਧੋਣੋ ਫੜ ਲਿਆ ਨੇ। ਕਹਿੰਦਾ ਭਾਅ ਜੀ ਰੋਟੀ ਮੀਟ ਵਾਲੀ ਹੋਏਗੀ? ਮੈਂ ਕਿਹਾ ਹਾਂ। ਕਹਿੰਦਾ ਫਿਰ ਆ ਜਾਵਾਂਗੇ, ਫਿਰ ਕਿਹੜੀ ਗੱਲ ਹੈਗੀ, ਇੱਦਾਂ ਆ ਜਾਵਾਂਗੇ। ਵੇਖਲਾ ਜੀ, ਤੁਸੀਂ ਗਾਉਂਦੇ ਹੋ ਮਤਲਬ ਕਿ ਹਰ ਤਰ੍ਹਾਂ ਦੇ ਰਾਗ 'ਚ ਵੀ ਗਾ ਲੈਂਦੇ ਹੋ, ਉੱਚਾ ਨੀਵਾਂ ਗਾ ਲੈਂਦੇ ਹੋ? ਹਾਂਜੀ, ਉੱਚਾ ਨੀਵਾਂ ਗਾ ਲਈਦਾ ਜੀ। ਅੱਛਾ, ਕਿਆ ਬਾਤ ਹੈ, ਕਿਆ ਨੌਲੇਜ ਹੈ ਜੀ। ਮੈਂ ਪਰਮਾਤਮਾ ਤੋਂ ਡਰ ਕੇ ਕਹਿੰਦਾ,
ਉੱਚਾ ਨਹੀਂ ਮੈਂ ਗਾ ਲੈਂਦਾ ਜੀ, ਜੇ ਤਾਂ ਸਟੇਜ ਲੱਗੀ ਹੋਵੇ ਤਾਂ ਮੈਂ ਉੱਚਾ ਗਾ ਲੈਂਦਾ ਜੀ, ਤਾਂ ਜੇ ਕਿਤੇ ਸਟੇਜ ਨਾ ਲੱਗੀ ਹੋਵੇ ਦਰੀਆਂ ਵਿਛੀਆਂ ਹੋਣ ਤਾਂ ਮੈਂ ਨੀਵਾਂ ਗਾ ਲੈਂਦਾ ਜੀ, ਬਸ ਪਰਮਾਤਮਾ ਦੀ ਮਿਹਰ ਉੱਚਾ ਨੀਵਾਂ ਗਾ ਲੈਂਦਾ ਜੀ। ਉਹੀ ਗੱਲ ਫਿਰ ਮੈਨੂੰ ਚੇਤੇ ਆ ਗਈ ਘੋਰ ਤੁਹਾਡੇ ਵਰਗੀ ਗੱਲ, ਤੁਹਾਡੇ ਵਰਗਾ ਸਿੰਗਰ ਮੈਂ ਨਾ ਕਰਿਓ ਤੁਸੀਂ ਸਿੰਗਰ ਬਣੇ, ਆਪਾਂ ਦੋਨੋਂ ਕਮੇਡੀ ਕਰਨ ਜਾਂਦੇ ਨਾ ਕਈ ਵਾਰੀ ਕਹਿੰਦੇ ਸਿੰਗਰ ਵੀ ਨਾਲ ਲੈ ਆਈਓ, ਆਪਾਂ ਤੁਹਾਡੇ ਵਰਗਾ ਸਿੰਗਰ ਨਾਲ ਲੈ ਗਏ, ਗਾਣਾ ਸ਼ੁਰੂ ਕੀਤਾ ਉੱਚਾ ਸਟੇਜ 'ਤੇ, ਠੀਕ ਹੈ ਜੀ, ਵਿੱਚੋਂ ਇੱਕ ਭਾਈ ਸਾਹਿਬ ਤਲਵਾਰ ਲੈ ਕੇ ਆ ਗਏ, ਡਿੰਗ ਡਿੰਗ ਡਿੜਕ ਡਿੰਗ ਡਿੜਕ ਡਿੰਗ ਡਿੜਕ, ਮੈਂ ਕਿਹਾ ਭਾਈ ਸਾਹਿਬ ਜਾ ਪ੍ਰੋਗਰਾਮ ਹੈ ਜੀ ਸਾਡਾ, ਸਾਡੀ ਸਟੇਜ ਲੱਗੀ ਹੋਈ ਹੈ, ਪੈਸੇ ਚੰਗੇ ਇਕੱਠੇ ਹੋਣ ਡੇ ਆ, ਕੋਈ ਨਾ ਆਇਆ ਤਲਵਾਰ ਨਾ ਘੁਮਾਓ ਭਾਜੀ, ਕੋਈ ਗੱਲ ਤਾਂ ਹਥਿਆਰ ਵੀ ਨਹੀਂ ਲਿਆ ਕੇ ਜਾਣਾ ਚਾਹੀਦਾ, ਕੋਈ ਗੱਲ ਨਹੀਂ, ਤੁਹਾਨੂੰ ਆਪਾਂ ਕੁਝ ਨਹੀਂ ਕਹਿਣਾ, ਤੁਹਾਨੂੰ ਕੁਝ ਨਹੀਂ ਕਹਿਣਾ ਹੈਗਾ, ਤੁਸੀਂ ਗਾਓ, ਤੁਸੀਂ ਆਪਣਾ ਸਾਓ, ਤੁਹਾਡਾ ਕੋਈ ਕਸੂਰ, ਸਾਡੇ ਮਹਿਮਾਨ ਹੈਗੇ ਹੋ, ਆਪਾਂ ਚੱਲ ਫਿਰ ਆਪਾਂ ਗਾਣਾ ਸ਼ੁਰੂ ਕਰਤਾ, ਆਪਾਂ ਸਾਣਾ ਸ਼ੁਰੂ ਕਰਤਾ, ਫਿਰ ਐਕਟਿੰਗ ਟੜਕਾ ਟਿੰਗ ਟੜਕਾ ਟਿੰਗ ਟੜਕਾ, ਭਾਈ ਸਾਹਿਬ ਸਾਨੂੰ ਪ੍ਰੋਗਰਾਮ ਕਰ ਲੈਂਦੇ ਹੋ, ਸਾਨੂੰ ਨੋਟ ਪੈਣ ਡੇ ਆ, ਉੱਤੋਂ ਨਵੇਂ ਨਵੇਂ ਨੋਟ ਲੋਕ ਸੁੱਟਣ ਡੇ ਆ, ਸੁੱਟ ਲੈਂਦੇ ਹੋ ਨਾ ਤੁਸੀਂ, ਵਿੱਚ ਤਲਵਾਰ ਘੁਮਾਈ ਜਾਂਦੇ ਨਾ, ਤੁਸੀਂ ਸਾਓ ਗਾਇਕ ਨੂੰ ਗਾਣ ਦਿਓ, ਤੁਹਾਨੂੰ ਕੁਝ ਨਹੀਂ ਕਹਿਣਾ, ਫਿਰ ਡਿੰਗ ਟੜਕਾ ਟਿੰਗ ਟੜਕਾ, ਮੈਂ ਕਿਹਾ ਸਾਨੂੰ ਨਹੀਂ ਕਹਿਣਾ, ਕਿਹਨੂੰ ਕਹਿਣ ਡਿਆ, ਕਹਿੰਦਾ ਮੈਂ ਤਾਂ ਉਹਨੂੰ ਲੱਭਣਾ ਜਿਹੜਾ ਤੁਹਾਨੂੰ ਲੈ ਕੇ ਆਇਆ। ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਹੋਰ ਚੇਤੇ ਆ ਗਈ, ਕੋਈ ਆਪਾਂ ਕਮੇਡੀ ਕਰਨ ਚਲੇ ਗਏ ਸਟੇਜ ਦੇ ਉੱਤੇ, ਤੇ ਇੱਕ ਉੱਥੋਂ ਦੇ ਆਪਣਾ ਲੰਬੜਦਾਰ ਜੀ ਸਟੇਜ 'ਤੇ ਆਏ, ਹਾਂਜੀ, ਕਹਿੰਦਾ ਤੁਸੀਂ ਯਾਰ ਇੰਨੇ ਸੀਨੀਅਰ ਬੰਦੇ ਆਏ ਨੇ, ਤੁਸੀਂ ਹੱਸਣ ਡਏ ਹੋ, ਕਹਿੰਦਾ ਯਾਰ ਆਪਾਂ ਕਹਿੰਦੇ ਯਾਰ ਅਸੀਂ ਤਾਂ ਕਮੇਡੀ ਕਰਨ ਆਏ ਹਾਂ, ਤਾਂ ਤੂੰ ਉਹਨਾਂ ਨੇ ਤਾਂ ਹੱਸਣਾ ਹੀ ਹੈ, ਕਹਿੰਦਾ ਖਬਰਦਾਰ ਜੇ ਕੋਈ ਹੱਸਿਆ ਇਹਨਾਂ ਦੀ ਗੱਲ ਤੋਂ, ਕਹਿੰਦਾ ਸਾਡੇ ਸੀਨੀਅਰ ਬੰਦੇ ਨੇ, ਸਾਡੇ ਗੈਸਟ ਨੇ, ਤੁਸੀਂ ਇਹਨਾਂ ਦਾ ਮਜ਼ਾਕ ਉਡਾਉਣ ਡਿਓ, ਉਹਨੂੰ ਸਮਝ ਨਹੀਂ ਆਈ ਕਿ ਆਪਾਂ ਕਮੇਡੀ ਕਰਨ ਆਏ, ਲੋਕਾਂ ਨੂੰ ਹੱਸਣ ਨਾ ਦੇਵੇ, ਅਤੇ ਗੱਲ ਇੱਦਾਂ ਹੈ ਕਿ ਜੇ ਤੁਸੀਂ ਪਿੱਛੇ ਜੇ ਬੜਾ ਵਧੀਆ ਹੇਅਰ ਸਟਾਈਲ ਸੀ ਤੁਹਾਡਾ, ਲੰਬੇ ਲੰਬੇ ਵਾਲ, ਹਾਂ, ਲੋਕੀ ਦੇਖ ਕੇ ਤੁਹਾਡੇ ਤੋਂ ਲੋਕਾਂ ਨੇ ਨਵਾਂ ਸਟਾਈਲ ਸ਼ੁਰੂ ਕੀਤਾ ਸੀ, ਬੜੇ ਪ੍ਰਭਾਵਿਤ ਹੋਏ ਸੀ, ਅਤੇ ਤੁਸੀਂ ਹੇਅਰ ਸਟਾਈਲ ਚੇਂਜ ਕਰ ਲਿਆ, ਉਹਨੇ ਲੰਬੇ ਲੰਬੇ ਵਾਲ ਤਾਂ ਤਾਂ ਰੱਖੇ ਸੀ ਨਾ, ਵੀ ਪਰਮਾਤਮਾ ਦੀ ਦਿਆਨ ਪ੍ਰੋਗਰਾਮ ਇੰਨੇ ਮਿਲਦੇ ਸੀ, ਨਾਈ ਦੀ ਦੁਕਾਨ 'ਤੇ ਜਾਣ ਦਾ ਟਾਈਮ ਹੀ ਨਹੀਂ ਲੱਗਦਾ, ਅੱਛਾ, ਡੈਰੀਆਂ ਭਰੀਆਂ ਰਹਿੰਦੀਆਂ, ਮੈਂ ਕਿਹਾ ਜੀ ਬਸ ਵੀ ਇੱਕ ਵਾਰੀ ਕਿਤੇ ਮੈਂ ਸਰੋਤਿਆਂ ਦੇ ਕਾਬੂ ਆ ਗਿਆ ਜੀ, ਅੱਛਾ, ਬਸ ਵੀ ਉੱਥੇ ਉੱਚੀ ਨੀਵੀਂ ਗੱਲ ਹੋ ਗਈ, ਫਿਰ ਮੁੜ ਕੇ ਵਾਲ, ਦੇਖੋ ਜੀ ਕੁੱਟ ਪੈਣ ਦਾ ਤਾਂ ਡਰ ਹੁੰਦਾ ਹੀ ਹੈ, ਇਸ ਕਰਕੇ ਅੱਜ ਕੱਲ੍ਹ ਮੈਂ ਦੇਖਿਆ ਬਹੁਤ ਕਲਾਕਾਰ ਨਾ ਨਾਲ ਬਾਉਂਸਰ ਜ਼ਰੂਰ ਰੱਖਦੇ ਨੇ, ਕਾਰਨ ਇਹੀ ਹੈ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ। ਵੈਸੇ ਰੋਟੀ ਪਾਣੀ ਕਿੱਦਾਂ ਚੱਲਦਾ ਜੀ ਤੁਹਾਡਾ? ਰੋਟੀ ਪਾਣੀ ਬਹੁਤ ਵਧੀਆ ਚੱਲਦਾ ਜੀ, ਕਈ ਵਾਰੀ ਤਾਂ ਆਪਾਂ ਕੋਈ ਆਪਣੇ ਵਾਕਫ ਦੇ ਫ੍ਰੀ ਚੱਲੀ ਦਾ ਪ੍ਰੋਗਰਾਮ 'ਤੇ, ਅਤੇ ਕਈ ਜਗ੍ਹਾ ਆਪਾਂ ਸਟੇਜ 'ਤੇ ਜ਼ਬਰਦਸਤੀ ਵੀ ਗਾ ਲਈਦਾ, ਅਤੇ ਜਿੱਥੇ ਆਪਾਂ ਕਈ ਵਾਰ ਜ਼ਬਰਦਸਤੀ ਗਾਉਂਦੇ ਹਾਂ ਉੱਥੇ ਸਾਡੇ ਕਈ ਵਾਰੀ ਟਮਾਟਰ, ਪਿਆਜ਼, ਆਲੂ, ਮਗਰ ਕਈ ਵਾਰ ਸਬਜ਼ੀਆਂ ਸੁਬਜ਼ੀਆਂ ਆ ਜਾਂਦੀਆਂ ਜੀ, ਉਹਦੇ ਕਰਕੇ ਆਪਾਂ ਸਾਰੀਆਂ ਘਰ ਲੈ ਜਾਂਦੇ, ਪ੍ਰੋਗਰਾਮ ਘਰ ਵਿੱਚ ਵਧੀਆ ਚੱਲਦਾ ਆਪਣਾ, ਜੁੱਤੀਆਂ ਮਾਰ ਦਿੰਦੇ ਜੁੱਤੀਆਂ, ਹਾਂਜੀ ਇੱਕ ਵਾਰੀ ਮੈਂ ਇੱਕ ਪ੍ਰੋਗਰਾਮ 'ਤੇ ਗਿਆ ਜੀ, ਉਹਨੇ ਇੱਕ ਜੁੱਤੀ ਮਾਰੀ, ਮਹਾਰਾਜ ਮੈਂ ਅੱਧਾ ਘੰਟਾ ਬੈਠਾ ਗਿਆ, ਉਹ ਮੈਨੂੰ ਕਹਿੰਦੇ ਮੈਂ ਕਿਹਾ, ਉਹ ਕਹਿੰਦਾ ਤੇਰੇ ਜੁੱਤੀਆਂ ਪੈਣਗੀਆਂ ਤੂੰ ਜਾਣ ਡੀਏ, ਮੈਂ ਕਿਹਾ ਮਾਮਾ ਅਜੇ ਇੱਕ ਜੁੱਤੀ ਆਈ ਆ, ਦੂਜੀ ਆਊਗੀ ਤਾਂ ਜੋੜੀ ਬਣਾ ਕੇ ਘਰ ਨੂੰ ਜਾਊਂਗਾ, ਇੱਦਾਂ ਜੋੜੀ ਘਰ ਨੂੰ ਚਲੇ ਜਾਣਾ। ਠੀਕ ਹੈ ਠੀਕ ਹੈ, ਵੈਸੇ ਬੜਾ ਕੰਫੀਡੈਂਸ ਹੁੰਦਾ ਤੁਹਾਡੇ ਵਿੱਚ ਨਾ, ਤੁਸੀਂ ਸ਼ਰਮ ਮਤਲਬ ਕੋਈ ਇੰਨਾ ਤੁਹਾਡਾ ਕੰਫੀਡੈਂਸ ਹੁੰਦਾ ਕਿ ਤੁਸੀਂ ਇਹ ਸ਼ਰਮਾਕਲ ਨਹੀਂ ਹੁੰਦੇ, ਸ਼ਰਮਾਉਂਦੇ ਨਹੀਂ, ਦੇਖੋ ਜੀ ਸ਼ਰਮਾਉਣਾ ਕਾਹਨੂੰ, ਜੇ ਗਾਉਣਾ ਹੀ ਆ ਤਾਂ ਫਿਰ ਕਾਹਨੂੰ ਸ਼ਰਮਾਉਣਾ। ਦੇਖੋ ਜੀ ਸਬਜ਼ੀਆਂ ਦੀ ਗੱਲ, ਤੁਸੀਂ ਸਬਜ਼ੀਆਂ ਪਿਆਜ਼ ਦੀ ਗੱਲ ਕੀਤੀ, ਦੇਖੋ ਘਰ ਦੀ ਰੋਟੀ ਚੱਲਣ ਡੀ ਆ, ਇੱਦਾਂ ਦੀਆਂ ਕਈ ਘਟਨਾਵਾਂ ਹੁੰਦੀਆਂ ਰਹਿੰਦੀਆਂ, ਜਿੱਦਾਂ ਟ੍ਰੈਜਡੀ ਹੋ ਜਾਂਦੀ ਕਈ ਵਾਰੀ, ਕਿੱਦਾਂ ਕਿੱਦਾਂ ਕਦੀ ਕੋਈ ਹੋਈ ਇੱਦਾਂ ਦੀ ਹੋਰ? ਨਹੀਂ ਦੇਖੋ ਜੀ ਇਹ ਟ੍ਰੈਜਡੀਆਂ ਸਾਡੇ ਨਾਲ ਵੀ ਹੁੰਦੀਆਂ ਰਹਿੰਦੀਆਂ ਜੀ, ਅਸੀਂ ਵੀ ਇਨਸਾਨ ਹੀ ਹਾਂ, ਇੱਕ ਵਾਰੀ ਮੈਂ ਕਿਤੇ ਪ੍ਰੋਗਰਾਮ ਕਰਨ ਚਲਾ ਗਿਆ ਜੀ, ਉੱਥੇ ਮੈਂ ਵਾਹਵਾ ਰੰਗ ਵਿੱਚ ਗਾਉਣ ਡਿਆ ਸੀ, ਲੋਕੀ ਮੇਰੇ ਤੋਂ ਦੱਸਾਂ ਨੋਟ ਸੁੱਟੀ ਜਾਣ ਡੇ ਸੁੱਟੀ ਜਾਣ ਡੇ ਸੁੱਟੀ ਜਾਣ ਡੇ, ਉੱਧਰ ਇੱਕ ਬਾਬਾ ਪੱਠੇ ਲੈ ਕੇ ਆ ਗਿਆ, ਉਹਨੇ ਲਿਆ ਕੇ ਪੱਠਿਆਂ ਦੀ ਪੰਡ ਮੇਰੇ ਮੂਹਰੇ ਸੁੱਟ, ਮੈਂ ਕਿਹਾ ਬਾਬਾ ਜੀ ਬਾਕੀ ਸਾਰੀ ਦੱਸਾਂ ਨੋਟ ਸੁੱਟੀ ਜਾਂਦੇ ਆ, ਆ ਤੁਸੀਂ ਮੇਰੇ ਪੱਠਿਆਂ ਦੀ ਪੰਡ ਸੁੱਟ ਦਿੱਤੀ ਲਿਆ ਕੇ, ਕਹਿੰਦਾ ਬੱਚਾ ਜਿੱਦਾਂ ਤੂੰ ਕੱਟੇ ਵਾਂਗੂ ਡਿੰਗਣ ਡਿਆ ਨਾ, ਤੈਨੂੰ ਕਹਿੰਦਾ ਪੈਸਿਆਂ ਦੀ ਨਹੀਂ, ਕਹਿੰਦਾ ਤੈਨੂੰ ਪੱਠਿਆਂ ਦੀ ਲੋੜ ਆ। ਕੱਟੇ ਤੋਂ ਗੱਲ ਗੱਲ ਚੇਤੇ ਆ ਗਈ, ਸਾਡੇ ਪਿੰਡ ਵੀ ਇੱਕ ਵਾਰੀ ਮੇਲਾ ਲੱਗਾ, ਹਾਂਜੀ ਹਾਂਜੀ, ਬੜੇ ਬੜੇ ਸਿੰਗਰਾਂ ਨੇ ਹਾਜ਼ਰੀ ਲਾਈ, ਇੱਕ ਬੜਾ ਮੇਰੀ ਵੀ ਹਾਜ਼ਰੀ ਲਵਾ ਦਿਓ, ਮੇਰੀ ਵੀ ਹਾਜ਼ਰੀ ਲਵਾ ਦਿਓ, ਉਹਨੇ ਗਾਣਾ ਸ਼ੁਰੂ ਕੀਤਾ ਅਤੇ ਇੱਕ ਬੁੜੀ ਆ ਕੇ ਉਹਨੂੰ 500 ਰੁਪਇਆ ਦੇਵੇ, ਬੇਟਾ ਆਪਣਾ ਧਿਆਨ ਰੱਖੀ, ਉਹਨੇ ਫਿਰ ਗਾਣਾ ਸ਼ੁਰੂ ਕੀਤਾ, 500 ਹੋਰ ਦਿੱਤਾ, ਬੇਟਾ ਤੂੰ ਹਾਲੇ ਜਵਾਨ ਹੈ, ਪਰਮਾਤਮਾ ਨੇ ਤੈਨੂੰ ਇੰਨਾ ਸੋਹਣਾ ਮੁਕੜਾ ਦਿੱਤਾ, ਬਸ ਆਪਾਂ ਧਿਆਨ ਰੱਖੀ, ਹਾਲੇ ਫਿਰ ਗਾਣਾ ਕੀਤਾ 500 ਰੁਪਇਆ ਹੋਰ, ਇਨਾਮ ਨਹੀਂ ਵੈਸੇ ਹੀ ਤਰਸ ਖਾ ਕੇ 500 ਰੁਪਇਆ ਲੈ ਲੈ, ਆਪਣਾ ਧਿਆਨ ਰੱਖੀ, ਕਹਿੰਦੇ ਬੇਬੇ ਤੂੰ ਸਟੇਜ 'ਤੇ ਜਦੋਂ ਮੈਂ ਗਾਉਂਦਾ ਪਿਆ ਸੀ ਬਾਰ ਬਾਰ 500 ਦੇ ਕੇ ਮੇਰਾ ਧਿਆਨ ਰੱਖਣ ਵਾਸਤੇ ਕਿਉਂ ਕਹਿੰਦੀ ਸੀ, ਸਾਡੇ ਪਿੰਡ 'ਚ ਕੱਲ੍ਹ ਕੱਟਾ ਮੜਿਆ ਉਹ ਵੀ ਮਰਨ ਤੋਂ ਪਹਿਲਾਂ ਤੇਰੇ ਵਾਂਗ ਹੀ ਡਿੰਗਦਾ ਸੀ। ਅੱਛਾ ਸ਼ੁਗਲੀ ਜੁਗਲੀ ਜੀ, ਤੁਹਾਨੂੰ ਮੈਂ ਇੱਕ ਹੋਰ ਸ਼ੁਗਲ ਵਾਲੀ ਗੱਲ ਦੱਸਾਂ, ਇੱਕ ਵਾਰੀ ਮੈਂ ਘਰੇ ਬੈਠਾ ਤਾਂ ਮੈਨੂੰ ਇੱਕ ਫੋਨ ਆ ਗਿਆ ਸਰੋਤੇ ਦਾ, ਕਹਿੰਦੇ ਬੇਲਾ ਰਾਮ ਜੀ ਤੁਹਾਨੂੰ ਆਪਾਂ ਪ੍ਰੋਗਰਾਮ 'ਤੇ ਬੁੱਕ ਕਰਨਾ ਪਰਸੋਂ ਨੂੰ, ਮੈਂ ਕਿਹਾ ਦੇਖੋ ਜੀ ਮੈਂ 1.5 ਲੱਖ ਰੁਪਇਆ ਪੇਮੈਂਟ ਲੈਂਦਾ, ਉਹ ਕਹਿੰਦੇ ਅਸੀਂ ਤੁਹਾਨੂੰ 2 ਲੱਖ ਰੁਪਇਆ ਦੇਵਾਂਗੇ ਤੁਸੀਂ ਪਰਸੋਂ ਨੂੰ ਪਹੁੰਚ ਜਾਣਾ।
ਤੇ ਮੈਂ ਕਿਹਾ ਪ੍ਰੋਗਰਾਮ ਕੀ ਆ? ਆ ਕਹਿੰਦੇ ਨੇ ਸਾਡੀ ਪਰਸ ਨੂੰ ਕਿਸੇ ਨਾਲ ਲੜਾਈ ਆ। ਅੱਛਾ, ਮੈਂ ਕਿਹਾ ਤੁਸੀਂ ਸ਼ਰਾਈ ਹੋ ਗਏ ਜੀ, ਸਿੰਗਰ ਬੰਦੇ ਲੋਕਾਂ ਨੂੰ ਸਿੱਖਿਆ ਦੇਣ ਵਾਲੇ, ਤੁਸੀਂ ਸਾਨੂੰ ਲੜਾਈ ਤੇ ਕਹਿੰਦੇ ਸੱਦਣ ਡੇ? ਅਸੀਂ ਗਾਉਣਾ ਛੱਡ ਦਿੱਤਾ ਜੀ, ਫਿਰ ਦਾਂਗਾ ਕਿਰਪਾਨ ਵਾਲੇ ਗਾਣੇ ਬੰਦ ਕਰਤੇ, ਮੈਂ ਸੈਡ ਸੌਂਗ ਗਾਉਣ ਲੱਗ ਪਿਆ ਜੀ ਰੋਂਦੇ ਰੋਂਦੇ। ਅੱਛਾ, ਮੈਨੂੰ ਫੇਰ ਇੱਕ ਵਾਰੀ ਫੋਨ ਆ ਗਿਆ। ਅੱਛਾ, ਅੱਗੇ ਤੁਹਾਨੂੰ ਪਰਸੋਂ ਨੂੰ ਬੁੱਕ ਕਰਨਾ ਜੀ। ਮੈਂ ਕਿਹਾ ਪਹੁੰਚ ਜਾਵਾਂਗੇ? ਕਹਿੰਦੇ ਕਿੰਨੇ ਪੈਸੇ? ਮੈਂ ਥੋੜਾ ਰੇਟ ਚੱਕਤਾ, ਮੈਂ ਕਿਹਾ 2 ਲੱਖ ਰੁਪਇਆ ਲੱਗੂ। ਅੱਛਾ, ਉਹ ਕਹਿੰਦੇ 2.5 ਲੱਖ ਦੇਵਾਂਗੇ, ਤੁਸੀਂ ਪਰਸੋਂ ਨੂੰ ਪਹੁੰਚੋ। ਅੱਛਾ, ਮੈਂ ਕਿਹਾ ਆ ਜਾਵਾਂਗੇ ਜੀ, ਪ੍ਰੋਗਰਾਮ ਕਿੱਥੇ ਆ? ਕਹਿੰਦੇ ਨੇ ਸਾਡੇ ਸੰਸਕਾਰ ਵਾ। ਦੱਸੋ ਮੈਂ ਸੰਸਕਾਰ ਤੇ ਭਲਾ ਕਾਹਦੇ ਵਾ? ਕਹਿੰਦੇ ਜਿੱਦਾਂ ਤੁਸੀਂ ਰੋਣ ਪਿੱਟਣ ਵਾਲੇ ਗਾਣੇ ਗਾਉਣ ਡੇ ਨਾ, ਤੁਹਾਨੂੰ ਕਹਿੰਦੇ ਸਟੇਜਾਂ ਤੇ ਨੀ, ਤੁਹਾਨੂੰ ਸੰਸਕਾਰ ਤੇ ਸੱਦਣਾ ਚਾਹੀਦਾ। ਸਾਡਾ ਇੱਕ ਦੋਸਤ ਸਿੰਗਰ ਹੈ, ਨਾਮ ਨੀ ਲੈਣਾ ਮੈਂ, ਉਹ ਜਦੋਂ ਕਿਤੇ ਮੇਲੇ ਤੇ ਜਾਂ ਕਿਤੇ ਸਟੇਜ ਤੇ ਗਾਉਂਦਾ ਨਾ, ਉਹਨੂੰ ਬੜਾ ਟਾਈਮ ਲਾਉਂਦਾ। ਸਾਰਿਆਂ ਨੂੰ ਪਤਾ, ਉਹ ਪਹਿਲਾਂ ਹੀ ਅਨਾਊਂਸ ਕਰ ਦਿੰਦੇ, ਕੰਨ 'ਚ ਕਹਿ ਦਿੰਦੇ ਭਾਅ ਜੀ ਜਲਦੀ ਕਰ ਲਿਓ, ਜਿਹੜਾ ਟਾਈਮ ਨਾ ਲਾਇਓ, ਟਾਈਮ ਬਹੁਤ ਥੋੜ੍ਹਾ ਹੋਰ ਕਲਾਕਾਰਾਂ ਨੇ ਵੀ ਆਉਣਾ। ਪਰ ਉਹਨੂੰ ਆਦਤ ਜਾਂਦੀ ਨਹੀਂ, ਉਹਨੇ ਪਹਿਲਾਂ ਸਾਜ ਸੈੱਟ ਕਰਨੇ, ਟਿੰਗ ਡਿੰਗ 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 ਟਿੰਗ ਡਿੰਗ 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 ਪਿੱਛੇ ਸਾਜੀ ਕਹਿੰਦਾ ਭਾਅ ਜੀ ਜਲਦੀ ਕਰ ਲਓ, ਅਗਲੇ ਸਿੰਗਰ ਨੇ ਵੀ ਗਾਣਾ, ਪਿੱਛੇ ਆਵਾਜ਼ਾਂ ਪੈਂਦੀਆਂ ਪਈਆਂ। ਕਹਿੰਦਾ ਠਹਿਰ ਜਾ ਇੱਕ ਮਿੰਟ, ਟੰਗ 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 ਟਿੰਗ ਡਿੰਗ ਡਿੰਗ ਉਦੋਂ ਜਿਹੜਾ ਸਟੇਜ ਸੈਕਟਰੀ ਕਹਿੰਦਾ ਭਾਅ ਜੀ ਜਲਦੀ ਕਰ ਲਓ ਥੋੜ੍ਹਾ ਜਿਹਾ, ਅੱਗੋਂ ਆਰਟਿਸਟ ਬਹੁਤ ਨੇ। ਕਹਿੰਦਾ ਮਿੰਟ ਠਹਿਰ ਜਾ, ਸੈੱਟ ਤਾਂ ਕਰ ਲੈਂਦੇ, ਟਿੰਗ ਡਿੰਗ 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 ਡਿੰਗ। ਕਹਿੰਦਾ ਭਾਅ ਜੀ ਜਲਦੀ ਕਰੋ। ਕਹਿੰਦਾ ਇੱਦਾਂ ਜੀ, ਨੰਬਰ ਨੋਟ ਕਰੋ, 98-722-1424 ਹਮੇਸ਼ਾ ਬੁੱਕ ਕਰਨ ਵਾਸਤੇ ਯਾਦ ਰੱਖੋ। ਦੋਸਤੋ ਸਮਾਂ ਜਾਇਜ਼ ਨਹੀਂ ਦੇ ਰਿਹਾ, ਇਤਿਹਾਸਾ ਮਜ਼ਾਕ ਚੱਲ ਰਿਹਾ, ਅਸੀਂ ਸਾਰੇ ਸਿੰਗਰ ਇੱਕੋ ਜਿਹੇ ਨਹੀਂ ਹੁੰਦੇ। ਪੰਜਾਬ ਵਿੱਚ ਬਹੁਤ ਬਹੁਤ ਖੂਬਸੂਰਤ ਸਿੰਗਰ ਹੈ, ਗੁਰਦਾਸ ਮਾਨ ਸਾਹਿਬ, ਮਲਕੀਤ ਸਿੰਘ ਜੀ, ਹੋਰ ਬਹੁਤ ਸਿੰਗਰ ਨੇ ਜਿਨ੍ਹਾਂ ਦਾ ਆਪਾਂ ਨਾਮ ਇਸ ਵੇਲੇ ਨਹੀਂ ਲੈ ਸਕਦੇ, ਇੰਨਾ ਟਾਈਮ ਨਹੀਂ ਹੈ, ਪਰ ਬਹੁਤ ਵਧੀਆ ਵਧੀਆ ਸਿੰਗਰ ਹੈਗੇ। ਅਸੀਂ ਇਹ ਮਜ਼ਾਕ ਉਹਨਾਂ ਸਿੰਗਰਾਂ ਵਾਸਤੇ ਬਣਾਇਆ ਜਿਹੜੇ ਸਿੰਗਰ ਨਹੀਂ ਹੈ ਪਰ ਐਵੇਂ ਸਿੰਗਿੰਗ ਕਰ ਰਹੇ ਇਹਨਾਂ ਵਰਗੇ, ਤੇ ਇਹ ਵੀ ਕਮੇਡੀਅਨ ਨੇ ਜੀ, ਭੋਲਾ ਜੀ ਕਮੇਡੀਅਨ ਨੇ, ਅਜੇ ਸਿੰਗਰ ਦੇ ਰੂਪ ਵਿੱਚ ਆਏ ਨੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਤੇ ਵੇਲੇ ਸਿੰਗਰ ਜੀ, ਜਾਂਦੇ ਜਾਂਦੇ ਤੁਹਾਨੂੰ, ਤੁਸੀਂ ਪੰਜਾਬ ਦੇ ਗਾਇਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਪੰਜਾਬ ਦੇ ਕਲਾਕਾਰਾਂ ਨੂੰ ਸੁਨੇਹਾ ਕੀ ਦੇਣਾ? ਪੰਜਾਬ ਵਿੱਚ ਤਾਂ ਬਹੁਤ ਕਲਾਕਾਰ ਆ, ਤੇ ਮੈਂ ਕਿਹਨੂੰ ਕਿਹਨੂੰ ਸੁਨੇਹਾ ਦਿੰਦਾ ਰਹੂੰਗਾ? ਜਿਹੜਾ ਕੋਈ ਮੇਰੇ ਲਾਗੇ ਹੋਊਗਾ ਮੈਂ ਉਹਨੂੰ ਸੁਨੇਹਾ ਦੇ ਦੂੰਗਾ, ਬਾਕੀ ਮੈਂ ਸਾਰਿਆਂ ਨੂੰ ਗਰੁੱਪ ਵਿੱਚੋਂ ਵਟਸਐਪ ਤੇ ਮੈਸੇਜ ਹੀ ਕਰ ਦੂੰਗਾ। ਤੇ ਦੋਸਤੋ, ਸਾਡਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ? ਸ਼ੁਗਲੀ ਜੁਗਲੀ ਸ਼ੋਅ ਤੁਹਾਨੂੰ ਕਿੱਦਾਂ ਦਾ ਲੱਗਾ? ਹਰ ਵਾਰੀ ਕੋਸ਼ਿਸ਼ ਕਰਾਂਗੇ ਨਵੀਂ ਤੋਂ ਨਵੀਂ ਸ਼ਖਸੀਅਤ ਨਾਲ ਮਿਲਾਈਏ ਅਤੇ ਨਵੇਂ ਤੋਂ ਨਵੇਂ ਟੌਪਿਕ ਨਾਲ ਡਿਸਕਸ ਕਰੀਏ। ਅਤੇ ਸਾਡਾ ਫੋਨ ਨੰਬਰ ਅਤੇ ਈਮੇਲ ਐਡਰੈਸ ਤੁਸੀਂ ਦੇਖ ਰਹੇ ਹੋ, ਤੁਹਾਨੂੰ ਸੁਝਾਅ ਜ਼ਰੂਰ ਭੇਜੋ, ਉਹਦੇ ਨਾਲ ਦੱਸੋ ਕਿ ਪ੍ਰੋਗਰਾਮ ਕਿੱਦਾਂ ਲੱਗਾ। ਅਗਲੇ ਹਫ਼ਤੇ ਇਸੇ ਸਮੇਂ ਇਸੇ ਦਿਨ ਫਿਰ ਸਾਹਮਣੇ ਤੁਹਾਡੇ ਹਾਜ਼ਰ ਹੋਣਗੇ ਸ਼ੁਗਲੀ ਜੁਗਲੀ ਸ਼ੋਅ ਲੈ ਕੇ, ਅਤੇ ਵਿੱਚ ਵੀ ਇਹ ਪ੍ਰੋਗਰਾਮ ਰਿਪੀਟ ਹੁੰਦਾ ਰਹੇਗਾ, ਤੁਹਾਨੂੰ ਇਹ ਪ੍ਰੋਗਰਾਮ ਬਰਦਾਸ਼ਤ ਕਰਨਾ ਪਏਗਾ। ਧੰਨਵਾਦ।